दोस्तो आ वाला जिहड़ा तुहानू इस टाइम ते आह दरवाजा दिख रहा है पुराना, यह कादर बख्श जी होरां दा मकान सी। लो जी कादर बख्श जी, जिथे तुसी अपने बचपन ते तुहाडे बजुर्गां ने हुण तक उदों तक पार्टीशन तो पहला अपना जीवन बसर किया सी, आलो अपने उस मकान दे दर्शन करो। और तुसी मैं समझ सकदा कि तुहानू अज इत्थे इस दरवाजे नू देख के किन्नी खुशी महसूस हुंदी होगी। और इस गली दे विच अगे जाके आस हाँ जी, अस्सलाम वालेकुम जी। वालेकुम सलाम जी। अच्छा जी, दसो बुजुर्गो जनाब थोड़ा की नाम है जी? मेरा हाँ जी कादर बख्श। कादर बख्श, थोड़े बापू का की नाम है जी? वल्द दल्लू। वल्द दल्लू, थोड़े बाबे का नाम याद है? निहाल। निहाल, हाँ। दल्लू का भरा अरिया पल्लू। थोड़े किन्ने भरा सी, तुसी किन्ने भाई सी? असी भाई ते फकीरिया दोए। फकीर मोहम्मद, थोड़े तो फकीर मोहम्मद वड्डा के छोटा? वड्डा। ਕੀਰ ਮੁਹੰਮਦ ਦਾ ਗੁਜ਼ਰ ਗਿਆ ਜੀ। ਅੱਛਾ, ਤੁਹਾਡਾ ਕਿਹੜਾ ਪਿੰਡ ਸੀ ਆਪਣਾ ਚਾਚੇ? ਉਹ ਹਿੰਦੁਸਤਾਨ 'ਚ ਸਾਡਾ? ਹਾਂ, ਈਲਵਾਲ। ਈਲਵਾਲ, 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 ਹਾਂ। ਅੱਛਾ, ਈਲਵਾਲ ਦੇ ਨਾਲ ਕੋਈ ਪਿੰਡ ਤੁਹਾਨੂੰ ਯਾਦ ਹੈ ਨਾਮ ਕੋਈ? ਪਿੰਡ ਐਂ ਹੱਥ 'ਤੇ ਇੱਥੇ ਖੇੜੀ। ਅੱਛਾ, ਅਤੇ ਐਂ ਇੱਥੇ ਨਹਿਰ ਟੱਪ ਕੇ ਗਗੜਪੁਰ। ਅੱਛਾ, ਅਤੇ ਐਂ ਕਰਕੇ ਸਾਹਮਣੇ ਇੱਥੇ ਬਲਵਾੜ ਆ ਗਈ ਛੋਟੀ, ਇੱਧਰ ਆ ਗਈ ਵੱਡੀ ਬਲਵਾੜ, ਸੰਗਰੂਰ ਸ਼ਹਿਰ ਲੱਗਦਾ ਜ਼ਿਲ੍ਹਾ ਹੋਇਆ। ਅੱਛਾ, ਤੁਹਾਡੀ ਉਮਰ ਉਸ ਟਾਈਮ ਕਿੰਨੀ ਸੀ? ਸਾਡੀ ਉਮਰ ਹਾਲੇ ਦਾੜੀ ਮੁੰਡ ਬੜੀ ਫੁੱਟੀ ਜਮਾ ਆ, ਅੰਦਾਜ਼ਾ 15-16 ਸਾਲ ਹੋਣੀ ਹੈ। ਨਹੀਂ, 15-16 ਸਾਲ ਹੀ ਘੱਟ, 12-13 ਸਾਲ ਹੋਣੀ ਹੈ। 12-13 ਸਾਲ, ਉਂਝ ਹੋ ਸੀ ਮੈਂ ਚੰਗਾ ਭਲਾ ਕਿਉਂ ਜਾ? ਉਂਝ ਹੋਸ਼ ਤੁਹਾਨੂੰ ਹੈ 47 ਜਦੋਂ ਉਜਾੜੇ ਪਏ? ਯਾਰ ਮੈਨੂੰ ਸਾਰੀ ਹੋਸ਼ ਆ ਬਿਲਕੁਲ। ਅੱਛਾ, ਉਹ ਅਸੀਂ ਬਾਲ ਚਾਰਦੇ ਸਰਕਾਰੀ ਛੋਟਾ ਨੂੰ ਲੜਦੇ ਤੇ ਭਿੜਦੇ ਤੇ ਲੈ। ਕੁਛ ਸਿੱਖਾਂ ਦੇ ਮੁੰਡੇ ਤੁਹਾਡੇ ਪਿੰਡ ਦੇ ਬੇਲੀ, ਹਾਂ, ਉਹਨਾਂ ਦਾ ਨਾਮ ਦੱਸੋ। ਇੱਕ ਨੂੰ ਲੁਹਾਰਾ ਦੇ ਨਾਮ ਸਰਪਣ ਸੀ, ਇੱਕ ਨੂੰ ਜੰਗ ਸੀ, ਹੈਂ। ਅੱਛਾ, ਅਤੇ ਇੱਕ ਜਿਹੜਾ ਚਰਨ ਲੰਬੜਦਾਰ ਦਾ ਮੁੰਡਾ ਸੀ ਉਹਨੇ ਜੀਤਾ ਸੀ, ਅਤੇ ਬਾਕੀ ਜਿਹੜੇ ਸੇਵੇ ਦੇ ਪੁੱਤਰ ਨੇ ਦੋਏ, ਨੌ ਮੈਨੂੰ ਹੈ ਨਹੀਂ, ਜੈਵਾ ਲੰਬੜਦਾਰ ਅਤੇ ਸੇਵੇ ਦੇ ਪੁੱਤਰ ਦੋਏ, ਉਹ ਮੈਨੂੰ ਯਾਦ, ਨੌ ਨਹੀਂ ਯਾਦ। ਅੱਛਾ, ਅਤੇ ਇੱਕ ਚਮਾਰ ਸੀ ਜਿਹੜਾ, ਉਹ ਸੰਤੋਖਾ, ਉਹਦਾ ਇੱਕ ਮੁੰਡਾ ਬੰਤ ਰਾਮ ਸੀ, ਇੱਕ ਸੰਤ ਰਾਮ ਸੀ, ਹੈ। ਇਹ ਤੁਹਾਡੇ ਹਾਣੀ ਸੀ? ਹਾਂ ਹਾਂ, ਸਾਡੇ ਹਾਣੀ ਸੀ ਉਹ, ਸਾਡੇ ਹਾਂ। ਉਹ ਉੱਥੇ ਤੁਸੀਂ ਕੀ ਕੰਮ ਧੰਦਾ ਕਰਦੇ ਸੀ? ਅਸੀਂ ਕੰਮ ਮੈਂ ਤਾਂ ਮਾਲ ਮੋਰੀ ਚਾਰਦਾ ਸੀ। ਅੱਛਾ, ਮਾਲ ਚਾਰਦਾ, ਮੱਝਾਂ ਚਾਰਦਾ। ਜ਼ਮੀਨ ਜ਼ਮੂਨ ਆਪਣੀ ਸੀ ਤੁਹਾਡੀ? ਹਾਂ, ਬਾਹੀ ਕਰਦੇ, ਬਾਹੀ ਫੁੱਲ ਕਰਦੇ ਸੀ ਨਾ। ਅੱਛਾ, ਪਖੀਰੀਆ ਮਾਲ ਛੱਡ ਕੇ ਬਾਹੀ 'ਤੇ ਹੋ ਗਿਆ, ਮਾਲ ਬਾਹੀ ਕਰਦੇ ਰੱਜ ਕੇ। ਅੱਛਾ, ਇੱਦਾਂ ਤਾਂ 47 ਵੇਲੇ ਫਿਰ ਤੁਸੀਂ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਅਸੀਂ ਪਾਕਿਸਤਾਨ ਜਾਣਾ, ਪਾਕਿਸਤਾਨ ਮੁਲਕ ਬਣ ਗਿਆ ਉੱਥੇ? ਹਾਂ, ਹੱਲੇ ਪੈ ਗਏ ਉੱਥੇ। ਜਨਾਬ ਗੱਲ ਸੁਣਨਾ ਮੇਰੀ, ਪਾਕਿਸਤਾਨ ਤੋਂ ਜਦੋਂ ਹੱਲਾ ਪਿਆ ਨਾ ਥੋੜ੍ਹੇ ਦਿਨ, ਥੋੜ੍ਹਾ ਚਿਰ ਪਹਿਲਾਂ, 1-2 ਮਹੀਨੇ ਪਹਿਲਾਂ ਇੱਕ ਬੰਦਾ ਇੱਧਰੋਂ ਗਿਆ ਫੈਸਲਾਬਾਦ ਦਾ। ਅੱਛਾ, ਉਹ ਬੁੱਢਿਆਂ ਨੂੰ ਆਖਣ ਲੱਗਿਆ ਤੂੰ ਅੱਜ ਕਰੋ,
ਤੁਸੀਂ ਸਾਡਾ ਮੇਰਾ ਇੰਨੀ ਇੰਨੀ ਰੁਪਏ ਜਿੰਨੀ ਆ ਤੁਹਾਡੀ ਇੰਨੇ ਆ ਵੀ ਸਾਤੋਂ ਕਾਗਜ਼ ਗੱਡੀ ਜਿਵੇਂ ਦੇ ਸਾਤੋਂ ਲੈ ਲਓ ਤੁਸੀਂ ਸਾਨੂੰ ਦੇ ਦਿਓ। ਅੱਛਾ ਤੁਸੀਂ ਇੱਥੇ ਰਹਿੰਦੇ ਕੋਈ ਨਹੀਂ ਹੋ ਬੁੜਾ ਕਹਿੰਦਾ ਭੈਣ ਤੂੰ ਤਾਂ ਸਾਨੂੰ ਕੌਣ ਖਾਊਗਾ। ਹਾਂ ਅੱਛਾ ਉਹ ਭਾਈ ਕਹਿੰਦੇ ਭੇਜ ਕੇ ਉੱਠੇ ਨੇ ਸਾਡੇ ਨਾਲ ਜਿਹੜਾ ਸਾਦੀ ਕਬੋਤ ਸੀ ਨਾ ਇਹ ਸਕੂਲ ਦੇ ਉੱਲੇ ਪਾਸੇ ਦੀ। ਅੱਛਾ ਛੰਨਾ ਇਹਨਾਂ ਦਾ ਪਿੰਡ ਛੰਨਾ ਸੀ। ਅੱਛਾ ਉਂਝ ਤੁਹਾਨੂੰ ਫਿਰ ਕੋਈ ਕੁੱਟ ਵੱਢ ਕੋਈ ਤੁਹਾਡੀ ਅੱਖਾਂ ਦੇ ਸਾਹਮਣੇ ਕੋਈ ਜਿਹੜੇ ਬੰਦੇ ਸੁਣੇ ਸ਼ਹੀਦ ਹੋਏ ਮਰੇ ਸਿੱਖਾਂ ਨੇ ਮਾਰੇ ਸੁਣਿਆ ਕੋਈ ਉਹ ਕੋਈ ਦੇਖਿਆ ਸੀ ਆਪਣੀ ਅੱਖੀਂ ਆਉਣ ਲੱਗਿਆ ਬੰਦੇ ਮਾਰੇ ਹੋਏ? ਹਾਂ ਮੇਰੀ ਗੱਲ ਸੁਣ ਬੰਦਾ ਮਾਰਿਆ ਮੈਂ ਨਹੀਂ ਵੇਖਿਆ। ਇੱਕ ਮੁੰਡਾ ਸਾਡਾ ਮਾਰਿਆ ਸੀ ਲੰਬੜਦਾਰ ਦਾ ਸਾਲਾ ਜਿੱਥੇ ਦਾ ਸੂਫੀ ਸ਼ਰੀਫ ਸੀ ਨਾ ਉੱਥੇ ਦਾ ਉੱਥੇ ਦੇ ਪਾਰਟੀ ਗਈ ਸੀ ਨਾ ਉਹ ਕਹਿੰਦੀ ਕੰਪਨੀ 'ਚ ਛੱਲੀਆਂ ਲੈਣ ਜਿਵੇਂ ਸਾਡੀ ਪਰਤ ਸੀ ਨਾ ਸਾਰਿਆਂ ਦੀ ਤੇਲੀਆਂ ਵਾਲਾ ਮੁੰਡਾ ਗਿਆ ਸੀ ਤੇਲੀਆਂ ਵਾਲਾ ਮੁੰਡਾ ਮਾਰਤਾ ਸੀ ਉਹਨਾਂ ਨੇ ਨਹੀਂ ਹੋਰ ਮੁੰਡਾ ਹੋਰ ਸਾਡੇ ਅਸੀਂ ਸਾਡੇ ਪਿੰਡ ਵਿੱਚ ਮਾਸ਼ਾਅੱਲਾ ਬੁੜੇ ਘੰਟਾ ਦੇ ਸਾਡੇ ਪਿੰਡ ਵਿੱਚ ਹਾਲਾ ਫਸੇ ਨਹੀਂ ਪਾਇਆ। ਤੁਹਾਡੇ ਪਿੰਡ ਦੇ ਸਿੱਖਾਂ ਨੇ ਤੁਹਾਨੂੰ ਕੁਛ ਕਿਹਾ ਤਾਂ ਨਹੀਂ ਹੈ ਤੁਹਾਡੀ ਮਦਦ ਕੀਤੀ ਆਉਣ ਲੱਗਿਆ? ਹੈਂ ਤੁਹਾਡੇ ਪਿੰਡ ਦੇ ਜਿਹੜੇ ਸਿੱਖ ਸਨ ਹਾਂ ਹਾਂ ਉਹਨਾਂ ਨੇ ਨਹੀਂ ਕੁਛ ਕਿਹਾ ਤੁਹਾਨੂੰ? ਮਦਦ ਕਰੀਏ ਕੋਈ ਹਾਂ ਬਸ ਸੀ ਉਹ ਤਾਂ ਸਾਡੇ ਜਿਹੜੇ ਜਸੇ ਜੂਸੇ ਵਾਲੇ ਤੇ ਨਾ ਸਾਡੇ ਹੱਥੀਂ 'ਚ ਕਦੇ ਕੋਈ ਆ ਫਿਰ ਇੱਕ ਵਾਰੀ ਰਾਤ ਨੂੰ ਆਏ ਬੰਦੇ ਸਰ ਉਹ ਪਿੰਡ ਵਾਲੇ ਜਿਹੜੇ ਉਹ ਆਖਣ ਲੱਗੇ ਵੀ ਤੁਸੀਂ ਉੱਠ ਖੜੋ ਅਤੇ ਤੁਹਾਨੂੰ ਥੋੜ੍ਹੇ 'ਤੇ ਹਮਲਾ ਹੋ ਜੂਗਾ ਆਪਣੇ ਨੂਰੇ ਹੋਣੇ ਸਾਰੇ ਹੈਗੇ ਅਤੇ ਪਹਿਰੇ ਦੇ ਖੜੇ ਨੂਰਾ ਬਜ਼ੁਰਗ ਪਤਾ ਉਸ ਵੇਲੇ ਨੂਰਾ ਸਾਡਾ ਫਸਲ ਜਿਹੜਾ ਸੀ ਫੌਜ 'ਚ ਅਤੇ ਪਹਿਰੇ ਪੂਰੇ ਤੇ ਮੇਰਾ ਸਭ ਗਾਲਾਂ ਕੱਢੀਆਂ ਉਹਨਾਂ ਨੂੰ ਡਰਦੇ ਤਾਂ ਹੀ ਨਹੀਂ ਤੇ ਸਹੀ। ਹਾਂ ਅੱਛਾ ਦੱਸੋ ਤੁਹਾਡੇ ਉੱਤੇ ਲੱਗਦਿਆਂ ਦੇ ਹਾਂ ਅਰਾਈਆਂ ਦੇ ਘਰ ਕਿੰਨੇ ਸੀ ਉਸ ਪਿੰਡ 'ਚ? ਸਾਡਾ ਖਰੀਦ ਜੀ ਘਰ 'ਤੇ ਅੰਦਾਜ਼ਾ ਕਿੰਨੇ ਖੋਣੇ? 10-12-15 ਮੈਂ ਦੱਸਦਾ ਸਾਡੇ ਬੁੜੇ ਦੇ ਸਮਝਦੀ 5 ਭਰਾ ਸਾਡੇ ਬੁੜੇ ਹੁਣ ਜਿਹੜੇ ਸੀ ਨਾ ਇਹਨਾਂ ਦੇ ਜਿਹੜੇ ਪਿਓ ਸੀ 5 ਭਰਾ ਸੀ ਤੁਹਾਡੇ ਬਾਬੇ? ਹਾਂ ਹਾਂ ਸਾਡੇ ਬਾਬੇ ਉਹਨਾਂ ਦੀ ਲਾਸ਼ ਜਿਹੜੀ ਹੈ ਹਾਂ ਮਾਮਦੀਨ ਖਿਉਣਾ ਨਿਜ਼ਾਮਦੀਨ ਅਹਿਮਦ ਬਲੀ ਅਤੇ ਉੱਧਰ ਆਪਣਾ ਨੂਰੂ ਦੂਆ ਚਾਚਾ ਸਾਡਾ ਉਮਰਦੀਨ ਅਤੇ ਸਾਡੇ ਬੁੜੇ ਤਿੰਨੋਂ ਪੱਲੂ ਅਲੀਆ। ਅੱਛਾ ਦੱਸੋ ਵੀ ਪਿੰਡ ਕਿੱਡਾ ਕੁ ਵੱਡਾ ਸੀ? ਉਹ ਪਿੰਡ ਤਾਂ ਸਾਡਾ ਖਰੀ ਮੈਂ ਸੀ ਉਦੋਂ ਪਿੰਡ ਪਿੰਡ ਵਿੱਚ ਚੱਲ ਕੇ ਸਾਡੇ ਮਕਾਨ ਫਿਰ ਐਂ ਪੈ ਗਏ ਸੀ ਆ ਕੇ। ਅੱਛਾ ਜਿਹੜੇ ਜੋੜੇ ਨਹੀਂ ਬੈਠੇ ਕਮਾਓ ਉਹਨਾਂ ਦੇ ਪਿੰਡ ਉਹਨਾਂ ਦੇ ਘਰ ਫਿਰ ਪਿੰਡੋਂ ਹਟ ਕੇ ਆਏ ਪੈ ਗਏ ਸੀ ਆਪਣੇ। ਕਿੰਨੇ ਘਰ ਸੀ ਸਿੱਖਾਂ ਦੇ? ਸਿੱਖ ਤਾਂ ਬਹੁਤ ਵਾਹਵਾ ਸਿੱਖ ਤਾਂ ਰਾਜਸਥਾਨ ਕਿੰਨੀਆਂ ਲੰਬੜਦਾਰੀਆਂ ਪਤਾ ਕਿੰਨੀਆਂ ਸੀ? ਲੰਬੜਦਾਰ ਦੇਵਾ ਲੰਬੜਦਾਰ 1 ਕਾਲੂ ਲੰਬੜਦਾਰ 2 ਗਰਨਾਮੀ ਲੰਬੜਦਾਰ 3 ਕਪੂਰੀ ਲੰਬੜਦਾਰ 4 ਵਾਹ ਬਈ ਵਾਹ ਤੇ ਚਾਨਣ ਲੰਬੜਦਾਰ 5 ਵਾਹ ਬਈ ਵਾਹ ਬਈ ਵਾਹ ਕੀ ਵਾਹ। ਅੱਛਾ ਉਹਨੇ ਦੱਸੋ ਵੀ ਤੁਸੀਂ ਆਪਣਾ ਪਿੰਡ ਦੇਖਣਾ ਹੈ ਉਹ ਅਗਰ ਤੁਹਾਨੂੰ ਮੈਂ ਪਿੰਡ ਦਿਖਾ ਦਵਾਂ ਤੁਹਾਡਾ ਦੱਸ ਦੇ ਮੈਂ ਦੱਸ ਦੂੰ ਤੁਹਾਡੇ ਜਿਹੜੇ ਹਾਣੀ ਸਿੱਖ ਪਰਿਵਾਰ ਦੇ ਮੁੰਡੇ ਬੇਲੀ ਹਾਂ ਹਾਂ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਈ ਹੈ ਟੈਲੀਫੋਨ ਤੇ? ਹਾਂ ਕਰਾ ਦਾ ਫਿਰ ਪਛਾਣ ਲੂਗੇ ਉਹਨਾਂ ਨੂੰ? ਉਹ ਵਜ੍ਹਾ ਪਤਾ ਕੀ ਆ ਜਿਹੜੇ ਪਹਿਲੇ ਦੇ ਉਹ ਜਿਉਂਦੇ ਹੋਣ ਗੁਰਦੇਵ ਤੇ ਬਲਦੇਵ ਸਾਰੇ ਗਵਾਂਢੀ ਤੇ ਹਨ ਸਮਝ ਆ ਗਈ ਤੇ ਉਹ ਤਾਂ ਹੁਣ ਫਿਰ ਪਤਾ ਵੀ ਦੂਜੇ ਜਣੇ ਨਹੀਂ ਜੇ ਉਹ ਨੇ ਉਹਨਾਂ ਦੀ ਔਲਾਦ ਕੋ ਉਹਨਾਂ ਦਾ ਮੁੰਡਾ ਉਹਨਾਂ ਦਾ ਲੱਭ ਲੈਂਦੇ ਆਪਾਂ ਹਾਲੇ ਦੱਸ ਫਿਰ ਉਹ ਤਾਂ ਸੈਣੇ ਆਉਂਦੇ ਹਨ ਆਖਰ ਨੂੰ। ਚਲੋ ਗੱਲਾਂ ਬਾਤਾਂ ਤਾਂ ਉਹਨਾਂ ਨੂੰ ਪਤਾ ਲੱਗੂ ਉਹਨਾਂ ਵੀ ਚਾਹ ਚੜੂਗਾ ਸਾਡੇ ਪਿਓਾਂ ਦਾ ਬੇਲੀ ਲੱਭ ਗਿਆ ਕਾਦਰ ਕਾਦਰ ਰਾਈ ਲੱਭ ਗਿਆ ਨਹੀਂ ਉਹ ਆਪਣਾ ਸਰਗੋਧਾ ਜ਼ਿਲ੍ਹਾ ਆਪਣਾ ਪਾਕਿਸਤਾਨ ਤੋਂ। ਹਾਂ 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 ਠੀਕ ਹੋ ਗਿਆ। ਲਓ ਜੀ ਸੱਜਣੋ ਮਿੱਤਰੋ ਗੱਲ ਇਹ ਹੈ ਵੀ ਬਾਬੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਇਹਨਾਂ ਦੀ ਯਾਦਾਸ਼ਤ ਹਾਲੇ ਤਕੜੇ ਆ ਮਾਸ਼ਾਅੱਲਾ ਹਾਲੇ ਤਾਂ ਸਾਈਕਲ ਸੂਕਲ ਵੀ ਚਲਾ ਲੈਂਦੇ ਆ ਪੱਠੇ ਫੜ ਲੈਂਦੇ ਆ ਠੀਕ ਹੈ ਜੀ। ਇਹ ਬੜੀ ਵਾਰੀ ਮੇਰਾ ਵੀ ਦਿਲ ਕੀਤਾ ਸੀ ਵੀ ਇਹਨਾਂ ਦਾ ਇੱਕ ਵੀਡੀਓ ਬਣਾਈਏ ਇੰਟਰਵਿਊ ਪਾਈਏ ਮਗਰ ਕੁਛ ਟਾਈਮ ਮੇਰਾ ਨਾ ਬਣਿਆ ਕੁਛ ਇਹ ਸਾਡੇ ਬਾਬੇ ਉਹਨਾਂ ਦਾ ਟਾਈਮ ਨਾ ਬਣਿਆ ਅਤੇ ਅੱਜ ਕੁਦਰ ਦੇ ਲੰਘੇ ਜਾ ਰਹੇ ਸੀ ਮੈਂ ਇੱਥੇ ਘਰ ਬੈਠੇ ਮਿਸਤਰੀ ਲਾਏ ਵੇ ਆਹ ਚਾਹ ਚੂ ਪੀ ਰਹੇ ਰਲ ਕੇ ਮੈਂ ਕਿਹਾ ਥੋੜ੍ਹੀ ਜਿਹੀ ਵੀਡੀਓ ਬਣਾਈਏ ਬਾਬੇ ਉਹਨਾਂ ਦੀ ਅਤੇ ਸੱਜਣੋ ਮਿੱਤਰੋ ਚੜ੍ਹਦੇ ਪੰਜਾਬ ਦੇ ਵੀਰੋ ਇਹਨਾਂ ਦਾ ਜਨਾਬ ਪਿੰਡ ਵੀ ਲੱਭਣਾ ਔਰ ਇਹਨਾਂ ਦਾ ਜਨਾਬ ਤੁਸੀਂ ਸਮਝ ਆ ਗਈ ਹੋਣੀ ਹੈ ਇਹਨਾਂ ਦੇ ਜਿਹੜੇ ਕੋਈ ਸਰਦਾਰ ਕੋਈ ਬੇਲੀ ਇਹਨਾਂ ਦੇ ਹਾਣੀ ਕੋਈ ਜਿਉਂਦੇ ਹੋਣ ਜਾਂ ਉਹਨਾਂ ਦੀ ਔਲਾਦ ਹੋਵੇ ਇਹ ਬਰਾਏ ਕਰਮ ਮਿਹਰਬਾਨੀ ਕਰਨੀ ਹੈ ਜੀ ਇਹ ਬਾਬੇ ਹੋਰੀ ਮੇਰੇ ਪਿੰਡ ਦੇ ਹੀ ਹੈ ਮੇਰੇ ਤੋਂ ਨਾਲ ਵਾਲੀ ਗਲੀ 'ਚ ਉਹਨਾਂ ਦਾ ਘਰ ਹੈ ਹਰ ਵੇਲੇ ਅਸੀਂ ਮਿਲ ਸਕਦੇ ਹਾਂ ਕੋਈ ਮਸਲਾ ਨਹੀਂ ਹੈ ਅਤੇ ਇਹ ਵੀਡੀਓ ਦੇਖ ਕੇ ਜਨਾਬ ਸਾਡੀ ਕੋਈ ਹੈਲਪ ਕਰਿਓ ਜੀ ਚੜ੍ਹਦੇ ਪੰਜਾਬ ਵਾਲੇ ਵੀਰੋ ਓਕੇ ਜੀ ਅੱਲਾ ਹਾਫਿਜ਼। ਹਾਂਜੀ ਅਸਲਾਮੁਅਲੈਕਮ ਜੀ ਭਾਈਓ ਵੀਰੋ ਕੀ ਹਾਲ ਹੈ ਜੀ ਠੀਕ ਹੋ
हाँ जी अज जब साडा मूड बनया जी बाबा कादर तो साढ़े को हों अज साडा दिल किया भी असी थोड़ी जी ना थोड़ी प्यारी जी सोहनी जी वीडियो बाबे होने गल्लां बातें दोबारा वीडियो बनाइए बाबे होरी साढ़े कोल बैठे जी बाबे होते रूह मरू जी असं इन्हों पुछते हैं सारिया गल्ला। हाँ जी अस्सलामुअलैकुम जी बाबा जी। वाह सलाम जी। थोड़ा उच्चा बोलो उच्चा थोड़ा। वाह सलाम जी। थोड़ा नेड़े होर कर। अच्छा ये दसो थोड़ा की नाम है जी? कादर बख्श। कादर बख्श। तो थोड़े बापू का की नाम है? दलू। दलू। थोड़े बाबे का की नाम है जी? निहाल। निहाल ठीक हो गया जी। अच्छा दसो तुसी किन्ने भाई जी? दो। दूजे भाई का की नाम है? फकीरिया। फकीरिया। अच्छा थोड़े बापू किन्ने भाई सी? त्रै। तीन। उन्होंने की नाम सी? बड़ा पल्लू दुआ दल्लू तीया अलिया। अलिया। अच्छा थोड़े बाबे किन्ने भाई सी? बाबे साढ़े ते पंज। उन्होंने की नाम सी? बड़ा सी निहाल। दूजा जी कालू। ते तीजा मौला। ठीक हो गया। ते चौथा फमन। अच्छा। ते पंजवा बाजा। बाजा। ते ठीक हो गया जी। पक्का बंद कर थोड़ा जनाब हिंदुस्तान के केड़ा पिंड सी? ईलवाल। ईलवाल। हाँ ईलवाल पिंड। तो ईलवाल पिंड के आसे पासे कोई दो चार पिंड के नाम दसो। बराबर खेड़ी है। बरगड़पुर है। बलवाड़। बड़ी बलवाड़ है। तो खराना खराणी। अच्छा। तो ना इधर पिंड छन्ना कमवां दा चन्ना कमोला उतरे पास हो गया शहर संगरूर। संगरूर शहर। अच्छा तो थोड़ी उम्र कितनी सी उस वेले? 47 तो पहला साडी उम्र थी मेरा ख्याल करीबन 12 13 साल थी मेरा हो गया 12 13 साल। लेकिन तुहानू पूरी होश है 47? पूरी होश है। खाजी मरी थी ठीक ठाक मेरे पता खान उम्र मेरी ठीक चंगा कोई हटा खाया जी चंगी खुराक जिम्मे। अच्छा काम उसे थोड़ा वाही वही थी काम बड़ी वाही डट के वाही थी वाही करते थे माल मूल चाड़ता थी बाद ਮੈਂ ਬਾਹੀ ਚ ਆ ਗਿਆ ਸੀਗਾ। ਅੱਛਾ ਅੱਛਾ ਹੁਣ ਇਹ ਦੱਸੋ ਵੀ ਤੁਸੀਂ ਪਾਕਿਸਤਾਨ 'ਚ ਕਿਹੜੇ ਪਿੰਡ 'ਚ ਇੱਥੇ ਰਹਿੰਦੇ ਹਾਂ ਕਿਹੜਾ ਸ਼ਹਿਰ ਲੱਗਦਾ ਕਿਹੜਾ ਜ਼ਿਲ੍ਹਾ ਲੱਗਦਾ ਤੁਹਾਨੂੰ? ਸਾਨੂੰ ਜਨਾਬ ਅਸੀਂ ਰਹਿੰਦੇ ਹਾਂ 11 ਚੱਕ ਸ਼ਮਾਲੀ ਅਤੇ ਜ਼ਿਲ੍ਹਾ ਉਹ ਸ਼ਹਿਰ ਭਲਵਾਲ ਜ਼ਿਲ੍ਹਾ ਸ਼ਹਿਰ ਭਲਵਾਲ ਤਹਿਸੀਲ ਭਲਵਾਲ। ਭਲਵਾਲ ਸ਼ਹਿਰ ਕਿੰਨੀ ਕੁ ਦੂਰ ਹੈ 11 ਚੱਕ ਤੋਂ? ਤਕਰੀਬਨ ਮੀਲ ਕੁ ਭਾਰੇ ਮੀਲ ਕੁ 5 ਮਿੰਟ ਦਾ ਰਸਤਾ। ਹਾਂ अच्छा जिला सरगोधा है? जिला सरगोधा। सरगोधा अपने को है तकरीबन 25 किलोमीटर आधे घंटे का है। लो जी सजनों मित्रों ये बाबे होरी जी अब्दुल कादर कादर बख्श ये असी इको पिंड रहने मैं मुहम्मद जमील जट गल कर रहा जी। मेरी इतने मठियाई की दुकान है और साडा इको पिंड इको महला साडा शुरू तो असी भी हिंदुस्तान तो डिस्ट्रिक्ट मानसा पिंड मियाँ तो साढ़े बड़े बड़े आए इतने असी इको पिंड बैठे इतने। अच्छा हूँ दसो थोड़े उत्थे ईलवाल पिंड हानी कोई सरदारा के मुंडे तुसी खेड़दे होवो तुसी माल कट्ठे चारदे होवो थोड़ी गली च आसे पासे आंढी गुआढ़िया के कोई दसो नाम दसो साढ़े को गली दे समझ भी मेरे हानी से समझ सरपण ते जंग ते भरा ते चार हो। अच्छा। जंग ते सरपण ते जंग ते अपना जागर ते पान पान चार भरा थे। अच्छा थोड़ा हानी भी है उन्होंने साडा हानी सरपण ना सरपण सरपण हानी थी ਉਹਦੇ ਨਾਲ ਤੁਹਾਡੀ ਕੋਈ ਗੱਲਬਾਤ ਯਾਦ ਹੈ 47 ਤੋਂ ਪਹਿਲਾਂ ਤੁਹਾਡਾ ਇਕੱਠਾ ਕੰਮ ਕਰਨਾ ਖੇਡਣਾ? ਅਸੀਂ ਬਾਹਰ ਚਾਰ ਦੇ ਇਕੱਠੇ ਰਹਿੰਦੇ ਸੀ ਹਰ ਵੇਲੇ ਸੱਥ 'ਚ ਉੱਥੇ ਪਿੰਡ ਵੱਲ ਖੇਡਦੇ ਸਾਰੇ। ਅੱਛਾ ਅੱਛਾ ਅਤੇ ਇਹ ਦੱਸੋ ਤੁਸੀਂ ਇੱਕ ਗੱਲ ਦੱਸੀ ਸੀ ਵੀ ਉਹ ਇੱਕ ਨਾਲ ਮੇਰੀ ਲੜਾਈ ਹੋ ਗਈ ਤਾਜ ਖੇਡਦੇ ਆ ਉਹਦਾ ਕੀ ਨਾਂ ਸੀ? ਨਛੱਤਰ। ਨਛੱਤਰ। ਉਹ ਉਹਦੇ ਪਿਓ ਦਾ ਕੀ ਨਾਂ ਸੀ? ਕਾਕਾ। ਕਾਕਾ। ਉਹ ਲੜਾਈ ਕਿਵੇਂ ਹੋਈ ਤੁਹਾਡੀ ਗੱਲ ਸੁਣਾਓ। ਤਾਜ ਖੇਡਦੇ ਸੀ ਨਾ ਹਾਂ ਉਹ ਪੱਥਰ ਦੱਸਣ ਲੱਗ ਗਿਆ ਮੈਂ ਉੱਠ ਕੇ ਲੱਗਾ ਸੋਟੀ ਮਾਰਨ ਉਹਦੇ ਪਿੱਛੇ ਬੜੇ ਦੇ ਉਲਟ ਗਿਆ ਮੈਂ। ਅੱਛਾ। ਉਹ ਮੇਰੇ ਸੋਟੀ ਮਾਰ ਗਿਆ। ਅੱਛਾ। ਸੋਟੀ ਮਾਰ ਕੇ ਭੱਜ ਰਿਹਾ ਸੀ ਮੈਂ ਫਿਰ ਜਾਣਾ ਹੁਣ ਕੋਈ ਨਹੀਂ ਹੈਗਾ ਉਹ ਉਹਨੂੰ ਕੁੱਟਿਆ ਫਿਰ ਉਹਦੀ ਮਾਂ ਆਈ ਮੇਰੇ ਪਿਓ ਕੋਲ ਉਹ ਦੁੱਧ ਲੈ ਕੇ ਜਾਂਦੀ ਸ਼ਹਿਰ ਮੈਂ ਜਾਣਾ ਹੀ ਛੱਡੂੰਗਾ ਇੱਧਰ ਕੁੱਟ ਕੇ ਦਿਨ ਫਿਰ ਉਹ ਮੇਰੇ ਪਿਓ ਜੀ ਤੁਹਾਡੇ ਤੋਂ ਕਰੇ ਵੀ ਮਤਲਬ ਇਹਨੂੰ ਮੁੰਡੇ ਨੂੰ ਉਠਾ ਅਤੇ ਚੱਲ ਕੋਈ ਨਹੀਂ ਲੜ ਪਏ ਇੱਕੋ ਜਿੱਡੇ ਦੀ ਖੇਡਦੇ ਖੇਡਦੇ ਮੇਰੇ ਪਿਓ ਨੇ ਘੂਰਿਆ ਘਾਰਿਆ ਮੈਨੂੰ ਮੈਂ ਹਟ ਗਿਆ। अच्छा ये दसो भी तुसी गल सुनाई सी ओ सौण सौण सिंह वाली ओ सौण सिंह वाली
ਉਹ ਸਾਡਾ ਤਾਏ ਦਾ ਪੁੱਤ ਸੀ ਸਲੇਮਾਨ, ਉਹ ਹਲਟੀ ਗੇਟ ਤਾਏ ਦਾ ਕੀ ਨਾਮ ਸੀ ਤੁਹਾਡਾ? ਪੱਲੂ। ਪੱਲੂ ਉਹਦਾ ਮੁੰਡਾ ਸਲੇਮਾਨ, ਸਲੇਮਾਨ। ਅੱਛਾ। ਉਹ ਹਲਟੀ ਗੇੜ ਕੇ ਨਾ ਭਿੰਡੀ ਪਾ ਕੇ, ਹਲਟੀ ਕਿਹਨੂੰ ਕਹਿੰਦੇ ਆ, ਆ ਖੂਹ ਵਿੱਚ ਬਣਾਈ ਹੁੰਦੀ, ਪਾਣੀ ਪੂਣੀ ਭਰਦੇ ਸੀ ਉਦੋਂ ਯਾਰ, ਖੂਹ ਹੁੰਦਾ ਟਿੰਡਾਂ ਹੁੰਦੀਆਂ, ਭਿੰਡੀ ਪਾ ਕੇ ਜੇ ਆਪਾਂ ਚੱਲਦਾ ਨੀ ਗੇਰ ਟਕਿਆ ਅਸੀਂ ਚੱਲਦੀ ਸੀ ਉਹ। ਅੱਛਾ। ਉਹ ਤਾਂ ਖੂਹ 'ਚ ਹੀ ਬਣਿਆ ਹੈ ਥੱਲੇ, ਉਹ ਸਲੇਮਾਨ ਆਪ ਗੇੜਦਾ ਸੀ ਅਤੇ ਹੋਰ ਉਹ ਦੋ ਕਹਾਣੀਆਂ ਕੋਈ ਲਿਖਣ ਹੁੰਦਾ ਸੀ ਮੇਰੇ ਵੱਲ, ਭਿੰਡੀ ਪਾ ਕੇ। ਅੱਛਾ, ਇਕੱਲੇ ਹੀ ਗੇੜਦਾ ਸੀ, ਦਾਦ ਨਹੀਂ ਸੀ ਜੋੜਦਾ ਯਾਰ ਕਿੱਥੇ, ਤਕੜਾ ਸੀ ਉਹ, ਚੰਗਾ ਚੰਗਾ ਭਰਾ ਸੀ ਉਹ ਪੈਰ 'ਚ। ਮੈਂ ਜੋ ਦੱਸਿਆ ਵੀ ਦੋ ਕਹਾਣੀਆਂ ਕੋਲੂ ਦੇ ਤੇਜ਼ ਦੇ ਖੜਨਾ ਸੀ ਉਹ। ਅੱਛਾ। ਭਿੰਡੀ ਪਾ ਕੇ ਘੁੰਗਰੂ ਬੰਨ੍ਹ ਕੇ ਪਟਾ, ਇੰਨਾ ਟਿਲ ਵਾਲਾ ਹੁੰਦਾ ਸੀ ਸਲੇਮਾਨ। ਮੇਰੇ ਪਿਓ ਨੇ ਉਸਨੂੰ ਨਾ ਉਹਦੇ ਮਾਂ ਬਾਪ ਦਾ ਵੀ ਘੀ ਦਵਾਉਣਾ ਹੋਰ, ਮੇਰੇ ਪਿਓ ਨੇ ਆਪਦੇ ਘਰੋਂ ਵੀ 5-5 ਕਿਲੋ ਘੀ ਉਹਨੂੰ ਦੇ ਕੇ, ਉਹਦਾ ਬਹੁਤ ਜਾਨ ਉਹਦੇ ਵਿੱਚ ਬਹੁਤ ਸੀ। ਅੱਛਾ। ਉਹ ਫਿਰ ਲੱਗ ਗਿਆ ਉੱਥੇ ਹਲਟੀ ਗੇੜ ਕੇ, ਲੱਗ ਗਿਆ ਉੱਥੇ ਡੰਡ ਬੰਦਾ ਕੱਢ ਕੇ, ਲੱਗ ਗਿਆ ਉੱਥੇ ਜੁੱਟਣ ਲੱਗ ਗਿਆ। ਬਾਬਾ ਸਿਉਣ ਆ ਨਾ ਪਿੱਛੋਂ ਰਾਮ ਰਾਮ ਕਰਦਾ ਗੱਲ ਵੀ ਫੜੀ, ਬਾਬਾ ਸਿਉਂ ਹੈ ਸੌਣ ਸੌਣ ਬਾਬਾ ਸੌਣ। ਅੱਛਾ। ਉਹ ਗਿਲਡੀ ਦੇ ਕੋਲ ਆ ਗਿਆ ਗੜਬੀ ਲੈ ਕੇ ਪਿੱਛੇ ਜੀ, ਤੇ ਇਹ ਕੀ ਕਹਦਾ ਬਾਬਾ, ਬਾਬਾ ਸੌਣ ਗੜਬੀ ਫੜ ਕੀ ਕਹਿ ਰਿਹਾ ਸੀ? ਉਹ ਰਾਮ ਰਾਮ ਕਰ ਰਿਹਾ ਸੀ। ਅੱਛਾ। ਉਹ ਰਾਮ ਰਾਮ ਕਰਦਾ ਹੁੰਦਾ ਸੀ, ਇਹਨੇ ਜਿਹੜਾ ਫਰਾਟਾ ਦੇ ਮਾਰ ਕੇ ਨਾ ਪਲਟਾ ਖਾਦਾ ਨਾ, ਉਹ ਖੜ ਗਿਆ। ਅੱਛਾ। ਚੱਲ ਜਾ ਬਾਬਾ ਵਿਕੇ ਰਖਾ ਦੇ ਪਿੱਛੇ ਖੜ ਕੇ, ਉਹ ਫਿਰ ਇਹਨੇ ਫਿਰ ਪਲਟਾ ਮਾਰਿਆ ਉਹਨੂੰ ਉਸ ਪਾਸੇ ਨੂੰ, ਉਹ ਸੁੱਟ ਕੇ ਗੜਬੀ ਭੱਜ ਲਿਆ, ਗੜਬੀ ਉੱਚੀ ਰਹਿ ਗਈ। ਉਹ ਕਿਉਂ ਡਰ ਗਿਆ? ਅੱਛਾ, ਵੀ ਕੋਈ ਬਾਹਰ ਹੀ ਬਲਾ ਹੀ ਤੇ ਵੀ ਬਲਾ ਹੈ, ਡਰ ਗਿਆ ਡਰ ਗਿਆ। ਉਹ ਜਾ ਕੇ ਬੂਹਾ ਖੜਕਾਇਆ, ਅੱਗੇ ਪੁੱਤ ਨੋਹ ਨੂੰ ਕਹਿੰਦਾ, ਪੁੱਤ ਭਾ ਮੈਨੂੰ ਕੱਪੜਾ ਸੀ ਮੂੰਹ ਪਰਾਂ ਕਰਦਾ। ਉਹ ਕਹਿੰਦੀ ਬਾਬਾ ਹਾਏ ਹਾਏ ਤੈਨੂੰ ਕਿਹਾ? ਉਹ ਕਹਿੰਦਾ ਪਤਾ ਨਹੀਂ ਕੀ ਬਲਾ ਲਾਈ ਸੀ, ਕਹਿੰਦਾ ਮੈਂ ਤਾਂ ਪਲਟਾ ਕਰਕੇ ਮਗਰ ਪੈਂਦੀ ਸੀ। ਅੱਛਾ, ਉਹਦੀ ਧੋਤੀ ਵੀ ਖੁੱਲ ਗਈ ਉੱਥੇ ਡਰਦੇ? ਹਾਂ, ਸਾਰੀ ਖੁੱਲ ਗਈ, ਨੰਗਾ ਹੀ ਲੱਠ ਗਿਆ। ਅੱਛਾ ਅੱਛਾ। ਉਹ ਕਹਿੰਦਾ ਸੇਖਰ ਘਰੇ ਸਾਹਮਣੇ ਆਇਆ ਕਰਦੀ ਗਲੀ ਆਇਆ ਵਿੱਚੀ ਡਬੀ, ਉਹ ਪਿੰਡ ਦੇ ਨਾਲ ਆਏ ਕਰਕੇ ਸੀ, ਉਹਨੂੰ ਸੁਣਨਾ ਸੁਣਦਾ ਸੀ ਨਾ, ਜੇ ਉਹਨੇ ਕੱਪੜਾ ਲਿੱਤਾ ਕੱਪੜਾ ਲੈ ਕੇ ਫਿਰ ਸੁਬਾਹ ਨੂੰ ਫਿਰ ਫਿਰਦਾ ਗੜਬੀ ਗੁੜਬੀ ਭਾਲਦਾ। ਅੱਛਾ। ਚਾਚਾ ਕਿੱਥੇ ਫਿਰਦਾ ਤੂੰ? ਉਹ ਵੀ ਡੱਬੂ ਆ ਗਿਆ ਸਲੇਮਾਨ। ਹਾਂ। ਉਹ ਕਹਿੰਦਾ ਪੁੱਤਰਾ ਤੜਕੇ, ਕਹਿੰਦਾ ਇੱਥੇ ਭੈਣ ਚੋਂ ਵੱਡੇ ਪਵੇ, ਪਤਾ ਨਹੀਂ ਕਿਹੜੀ ਬਲਾ ਦੀ ਕੁੜੀ ਚੋਦੀ। ਕਹਿੰਦਾ ਚਾਚਾ ਕੋਈ ਬੰਦਾ ਹੋਊ? ਉਹ ਬੰਦਾ ਭੈਣ ਚੋਂ ਕਹਿੰਦਾ ਹੈ ਜਿਹਾ ਮੋਟਾ, ਹੈਂ ਮਤਲਬ ਬੜੀ ਬਲਾ ਸੀ ਕੋਈ? ਉਹ ਕਹਿੰਦਾ ਬੜਾ ਹੱਸਿਆ ਬੜਾ ਹੱਸਿਆ। ਅੱਛਾ, ਇਹ ਦੱਸੋ ਤੁਸੀਂ ਇਹ ਗੱਲ ਸੁਣਾਈ ਸੀ ਵੀ ਉਹ ਪੰਡਤਾਂ ਦੇ ਸਾਡੇ ਵੱਡੇ ਵਡੇਰੇ ਜੋਗਾਂ ਦਾਨ ਦਾ ਉਹਨਾਂ ਦੇ ਉਹ ਛੋਲੇ ਕੱਢਣ ਜਾਂਦੇ ਸੀ, ਉਹ ਜਾਂਦੇ ਉਹ ਗੱਲ ਸੁਣਾਇਓ, ਉਹ ਜਾਂਦੇ ਦਾ ਕੀ ਨਾਮ ਸੀ ਪੰਡਤਾਂ ਦਾ? ਸਿਵ ਸਰਨ ਪੰਡਿਤ, ਸਿਵ ਸਰਨ। ਅੱਛਾ। ਪੰਡਿਤ ਉਹਦਾ ਦੂਆ ਭਾਈ ਸੀ, ਉਹ ਉਹਦੇ ਜਾਂ ਉਹਦੇ ਛੋਲੇ ਕੱਢਦੇ, ਉਹਨੇ ਸ਼ੱਕਰ ਕੀ ਹਰ ਸ਼ਾਇ ਕੀ ਰੋਟੀਆਂ ਖਵਾਉਣੀਆਂ, ਦਾਦਾਂ ਦੀ ਰੋਟੀ ਦਾਦਾਂ ਦਿਓ, ਫਿਰ ਉਹ ਸ਼ੱਕਰ ਬਚਦਾ, ਸ਼ੱਕਰ ਕੀ ਬਚਣ ਰੋਟੀਆਂ ਬਚਣ ਪਿਛਾੜੀਆਂ ਬੰਨ ਲਓ। ਜਿਹੜਾ ਦੂਆ ਭਾਈ ਸੀ, ਦੂਆ ਭਾਈ ਦਾ ਕੀ ਨਾਮ ਸੀ? ਉਹ ਭਾਈ ਦਾ ਮੈਂ ਉਹਦਾ ਭਾਈ ਦਾ ਮੇਰੇ ਨਾਮ ਨਹੀਂ ਆਇਆ, ਯਾਦ ਆਏ ਨਾ ਉਹਦੇ ਨਾਮ। ਅੱਛਾ ਅੱਛਾ। ਉਹ ਉਹਦੇ ਦਾ ਫਰਕੀ ਬਣ ਗਈ ਜੀ, ਉਹਨੇ ਫੀਕੂ ਦੇ ਜਿਹੜਾ ਚਾਚਾ ਸੀ ਨਾ ਫੀਕੂ ਦਾ ਆਪਣੇ ਸਾਹਿਬ ਦਾ, ਉਹਦਾ ਕੀ ਨਾਮ ਸੀ ਚਾਚੇ ਦਾ? ਅਲੀ ਅਲੀ। ਅੱਛਾ। ਅਲੀ ਬਲੀ ਦੋ ਜਾਂਦੇ ਤੇ ਅਲੀ ਬਲੀ। ਅੱਛਾ, ਛੋਲੇ ਕੱਢਣ ਦਾਲ ਲੈ ਕੇ ਉਹ ਨਾਲੀ ਭੇਜਦੇ ਤੇ ਉਹ ਅਲੀ ਬੜਾ ਸ਼ੁਕਰੀ ਸੀ, ਕਹਿੰਦਾ ਫਿਰ ਉਹ ਚਾਹੇ ਜਹੀ ਉਹਨੂੰ ਰੋਟੀ ਦੇ ਸੀ ਤੂੰ ਨਾਲੀ ਭੇਜਦੇ ਭਰਾ। ਅੱਛਾ ਅੱਛਾ। ਉਹਦੇ ਵਿੱਚ ਤਾਂ ਹੀ ਛੋਲੇ ਥੋੜੇ ਹੁੰਦੇ, ਇਹਦੇ ਛੋਲੇ ਬਹੁਤ ਹੁੰਦੇ ਸੀ। ਅੱਛਾ। ਪੰਡਤ ਦੇ ਸਿਰ ਸਰ ਹੁੰਦੇ, ਇਹਦੇ ਛੋਲੇ ਬੜੇ ਹੁੰਦੇ ਸੀ, ਇਹ ਦਲੇਰ ਸੀ, ਇਹ ਜਿੱਦਾਂ ਦੀ ਰੋਟੀ ਚੰਗੀ ਭਾਜੀ। ਹਾਂ। ਅੱਛਾ ਦੱਸੋ ਬਈ, ਜਦੋਂ 47 ਵੇਲੇ ਤੁਸੀਂ ਪਾਕਿਸਤਾਨ ਆਏ, ਤੁਹਾਨੂੰ ਤੁਹਾਡੇ ਪਿੰਡ ਈਲਵਾਲ ਦੇ ਸਰਦਾਰਾਂ ਨੇ ਤੁਹਾਡੇ ਨਾਲ ਪਿਆਰ ਕੀਤਾ ਜਾਂ ਤੁਹਾਨੂੰ ਮਾਰਿਆ ਕੁੱਟਿਆ ਕਿ ਤੁਹਾਨੂੰ ਉਹਨਾਂ ਨੇ ਪਿਆਰ ਨਾਲ ਭੇਜਿਆ? ਸਾਡੇ ਪਿੰਡਾਂ ਸਾਨੂੰ ਕੁਝ ਨਹੀਂ ਆਖਿਆ, ਕੁਝ ਨਹੀਂ ਆਖਿਆ ਸਰਦਾਰਾਂ ਨੇ, ਯਾਨੀ ਕਿ ਸਰਦਾਰਾਂ ਨਾਲ ਤੁਹਾਡਾ ਮੇਲ ਜੋੜ ਪਿਆਰ ਪ੍ਰੇਮ ਹੈ ਸੀ, ਬੜਾ ਪਿਆਰ ਇੱਕ ਦੂਜੇ ਦੇ, ਆਪੇ ਚ ਖੁਸ਼ੀਆਂ ਗਮੀਆਂ ਜਾਂਦੇ, ਸੁੱਕੀਆਂ ਭਾਜੀਆਂ ਦਿੰਦੇ ਉਧਰ। ਅੱਛਾ, ਸੁੱਕੀਆਂ ਭਾਜੀਆਂ ਵਿਆਹਾਂ ਚ। ਅੱਛਾ, ਫਿਰ ਜਦੋਂ ਆਏ ਉਦੋਂ ਤੁਸੀਂ ਗੱਲ ਸੁਣਾਈ ਸੀ ਕਿ ਸਾਡਾ ਇੱਕ ਮੁਸਲਮਾਨਾਂ ਦਾ ਮੁੰਡਾ ਮਾਰਤੇ ਸਰਦਾਰਾਂ ਨੇ, ਉਹ ਕੀ ਕਹਾਣੀ ਹੈ? ਉਹ ਜਿਸੋ ਆਇਆ ਜਦ ਨਹੀਂ ਮਾਰਿਆ, ਉਹ ਉਹਦਾ ਕੰਪ ਵਿੱਚ ਕੰਪ ਲੱਗਿਆ ਸੀ ਨਾ ਕੁਮਾਰੇ ਪਿੰਡ। ਅੱਛਾ। ਉੱਥੇ ਉਹਨੇ ਜਾ ਕੇ ਉਸ ਕੰਪ ਵਿੱਚ ਛੱਡੀਆਂ ਤੋੜਨ ਲੱਗ ਗਿਆ। ਕੌਣ? ਮਖਤਿਆਰ, ਮੁਸਲਮਾਨਾਂ ਦਾ, ਤੇਲੀਆਂ ਦਾ ਮੁੰਡਾ, ਤੇਲੀਆਂ ਦਾ ਮੁਸਲਮਾਨਾਂ ਦਾ ਮੁੰਡਾ ਮਖਤਿਆਰ ਕੰਪ ਦੇ ਵਿੱਚੋਂ ਛੱਡੀਆਂ ਲੈਣ ਗਿਆ। ਮਾਰਿਆ ਜਿਹੜਾ ਚਰਨ ਲੰਬੜਦਾਰ ਸੀ ਪਿੰਡ ਦਾ, ਈਲਵਾਲ ਪਿੰਡ ਦਾ, ਈਲਵਾਲ ਪਿੰਡ ਦਾ, ਉਹਦੇ ਸਾਰੇ ਨੇ ਮਾਰਿਆ, ਕਲਾਰਾਂ ਦੇ, ਕਲਾਰਾਂ ਦੇ ਨੇ ਮਾਰਿਆ। ਉਹ ਫਿਰ ਉਹਦਾ ਲੰਬੜਦਾਰ ਕਹਿੰਦਾ ਭੈਣ ਚੋਂ ਤਾਂ ਮੇਰੇ ਪਿੰਡਾਂ ਬੜੀਆਂ ਆ ਗਏ, ਬਸ ਨਾ ਇਹ ਨਾ ਮੁੜ ਕੇ ਇਹ ਗਿਆ।
ਵੀ ਤੁਸੀਂ ਮੇਰੇ ਪਿੰਡ ਦੇ ਮੁਸਲਮਾਨਾਂ ਨੂੰ ਕਿਉਂ ਤੁਸੀਂ ਹੱਥ ਚੁੱਕਿਆ, ਕਿਉਂ ਇੱਕ ਮਾਰਿਆ? ਅਸੀਂ 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 ਇਕੱਠੇ ਦੇ ਪੈਂਟ, ਤੁਸੀਂ ਆਹ ਦਿਨ ਕਿਹੜਾ ਕਰਕੇ ਮੇਰੇ ਪਿੰਡ ਦਾ ਬੜੀ ਆ ਕੇ ਆਪਣੇ ਸਹੁਰਿਆਂ ਨਾਲ ਨਾਰਾਜ਼ ਰਿਹਾ ਹੋ, ਨਾ ਉਹਨਾਂ ਦੇ ਗਿਆ ਨਾ ਆਇਆ, ਉਹ ਜਾਂਦੇ। ਲੰਬੜਦਾਰ ਦਾ ਫਿਰ ਨਾਂ ਦੱਸਿਓ ਇੱਕ ਵਾਰੀ। ਚਾਨਣ, ਚਾਨਣ, ਚਾਨਣ ਲੰਬੜਦਾਰ। ਚਾਨਣ ਲੰਬੜਦਾਰ ਉਹਦੀ ਕਿੰਨੇ ਭਾਈ ਸੀ? ਇੱਕੋ। ਅੱਛਾ, ਇੱਕੋ ਸੀ? ਇੱਕੋ ਪੋਤੀ ਦਾ। ਅੱਗੋ ਇੱਕੋ ਪੁੱਤ ਸੀ ਉਹਦਾ? ਉਹਦੇ ਪੁੱਤ ਦਾ ਕੀ ਨਾਂ ਸੀ? ਜੀਤਾ, ਜੀਤਾ ਕਹਿੰਦੇ ਜੀਤਾ। ਅੱਛਾ ਦੱਸੋ ਵੀ ਪਿੰਡ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ? ਪਿੰਡ ਦੀਆਂ ਲੰਬੜਦਾਰੀਆਂ ਪੰਜ। ਪੰਜ ਨਾਮ ਯਾਦ ਆ ਲੰਬੜਦਾਰ? ਇੱਕ ਕਪੂਰੀ ਲੰਬੜਦਾਰ, ਇੱਕ ਦੇਵਾ ਲੰਬੜਦਾਰ, ਇੱਕ ਗੁਰਮਾਨੀ ਇਹ ਆਪਣਾ ਗੁਰਮਾਨੀ ਲੰਬੜਦਾਰ, ਅਤੇ ਇੱਕ ਕਾਲੂਖਾ ਲੰਬੜਦਾਰ। ਅੱਛਾ, ਇੱਕ ਚਾਨਣ ਲੰਬੜਦਾਰ। ਪਿੰਡ ਦੇ ਵਿੱਚ ਤੁਹਾਡਾ ਘਰ ਸੀ ਕਿ ਬਾਹਰ ਬਾਹਰ ਦੀ? ਇੱਕ ਤਾਂ ਜਿਹੜਾ ਪਿੰਡ ਵਿੱਚ ਘਰ ਸੀ ਨਾ ਸਾਡਾ, ਉਹ ਸਿਰਫ ਇੱਕ ਘਰ ਸਾਡਾ, ਜਿਹੜੇ ਸਾਡੇ ਬੁੜਾ ਸਾਡੇ ਘਰ ਸੀ, ਉੱਥੇ ਸਾਡੀ ਫੁੱਫੀ ਦਾ ਫੁੱਫੀ ਦੇ ਪੁੱਤਰ ਦਾ ਘਰ ਸੀ ਨਾਲ ਸਾਡੇ। ਉਹਨਾਂ ਦਾ ਕੀ ਨਾਂ ਸੀ? ਗੁਲਾਮ ਅਤੇ ਹਸਨ। ਅੱਛਾ, ਅਤੇ ਇੱਕ ਸਾਡੇ ਬਰਾਬਰ ਪਹਿਲੇ ਦੀ ਜਿਹੜਾ ਬਾਬੂ ਨੀ, ਇੱਥੇ ਰਹਿੰਦੇ ਅਸੀਂ ਦੇ ਕੇ, ਹਾਂ ਇਹਨਾਂ ਦਾ ਮਕਾਨ ਸੀ ਖੁਸ਼ੀਆ। ਅੱਛਾ, ਖੁਸ਼ੀ ਉਹਦਾ ਮਕਾਨ ਸੀ, ਆਈ ਸਮਝ? ਅਤੇ ਉਹ ਵੀ ਰਾਹੀਂ ਸੀ ਤਿੰਨੋਂ ਮਕਾਨ। ਅੱਛਾ, ਪਿੰਡ ਦੀ ਮਸਜਿਦ ਹੈ ਸੀ ਮਸੀਤ ਈਦ ਵਾਜ ਮੁਸਲਮਾਨਾਂ ਦੀ? ਪਿੰਡ ਦੇ ਵਿੱਚ ਨਹੀਂ ਸੀ, ਬਾਹਰ ਜਿੱਥੇ ਹੈਗੀ ਸੀ ਉੱਥੇ ਦਰਸ਼ਕਾਂ ਉੱਥੇ ਪਈ ਸੀ। ਮੇਰੀ ਉਮਰ ਤੋਂ ਪਹਿਲਾਂ ਦੇ ਪਾਰ ਸੀ ਉਹ, ਅੱਜ ਤਾਂ ਮਸਜਿਦ ਨਮਾਜ਼ ਵੀ ਪੜ੍ਹਨ ਜਾਂਦੇ ਸੀ ਵੱਡੇ ਵੱਡੇ ਵਡੇਰੇ ਆਪਣੇ ਯਾਰ। ਇੰਨੇ ਜਿਹਾ ਫਰਕ ਸੀ ਸਾਰਾ, ਜਿਵੇਂ ਸੱਤਾਂ ਅੱਠਾਂ ਕਰਮਾਂ ਦਾ। ਨਾਲ ਹੀ ਸੀ ਮਸੀਤ ਘਰ ਹੋਰ। ਚਾਚੇ ਬਰੀ ਨੇ ਥਾਂ ਦਿੱਤੀ ਆਪਦਾ, ਚਾਚਾ ਬਰੀ ਸੀ ਅਸਲ ਦਾ ਪਿਓ, ਅਸਲ ਲਾਜ਼ਮ ਦਾ। ਅੱਛਾ, ਤੁਹਾਡੇ ਚਾਚੇ ਵਲੀ ਨੇ ਸੌਂ ਦਿੱਤੇ ਸੀ ਵੀ ਮਸੀਤ ਵਾਸਤੇ? ਹਾਂ। ਅੱਛਾ, ਦੱਸੋ ਉੱਥੇ ਗੁਰਦੁਆਰਾ ਹੈ ਸੀ ਸਿੱਖਾਂ ਦਾ? ਗੁਰਦੁਆਰਾ ਰਾਤ ਦੀ ਸਾਡੇ ਆਏ ਕਰਕੇ ਸਾਹਮਣੇ ਇੱਧਰ ਬਸ। ਅੱਛਾ ਅੱਛਾ ਅੱਛਾ, ਅਤੇ ਹਿੰਦੂਆਂ ਦੇ ਘਰ ਵੀ ਹੈ ਸੀ? ਹੈ, ਹਿੰਦੂਆਂ ਦੇ ਘਰ ਵੀ ਉੱਥੇ ਹੈ ਸੀ? ਹਿੰਦੂਆਂ ਦਾ ਕਿੰਨੇ ਕਿਤੇ? ਹਿੰਦੂਆਂ ਦੇ ਘਰ ਬਹੁਤ। ਅੱਛਾ, ਹਿੰਦੂਆਂ ਦੇ ਵੀ ਕੋ ਉੱਥੇ ਮੰਦਰ ਮੁੰਦਰ ਹੈ ਸੀ? ਹਾਂ ਹੈਗਾ ਮੰਦਰ, ਇੱਕ ਤਾਂ ਪਿੰਡ ਦੇ ਨਾਲ ਇਸ ਪਾਸੇ ਪੜ੍ਹੇ ਸੀ, ਇੱਕ ਤਾਂ ਗੁਰਦੁਆਰਾ ਸੀ। ਅੱਛਾ, ਲਓ ਜੀ ਸੱਜਣੋ ਮਿੱਤਰੋ, ਸਾਡਾ ਜਨਾਬ ਬਾਬੇ ਖਾਦਰ ਹੋਰੀ ਜਨਾਬ ਤੁਹਾਡੇ ਸਾਹਮਣੇ ਬੈਠੇ ਹੈ, ਇਹ ਆਪਣੇ ਰੂਹੀ ਰੂਬਰੂ ਬਲ ਕੇ ਦੱਸਦੇ ਹੈ। ਚਾਚਾ ਜੀ, ਇਹ ਦੱਸੋ ਵੀ ਤੁਹਾਨੂੰ ਕੋਈ ਕੋਈ ਮਾਸ਼ਾਅੱਲਾ ਠੀਕ ਠਾਕ ਹੈ, ਸਿਹਤ ਠੀਕ ਹੈ ਤੁਹਾਡੀ? ਸਾਡੇ ਪਾਸੇ ਗਵਾਂਢੀ ਨਹੀਂ, ਤੁਹਾਡੀ ਸਿਹਤ ਠੀਕ ਹੈ? ਤੁਸੀਂ ਬਿਮਾਰੀ ਸ਼ਮਾਰੀ ਕੋਈ ਚੱਲਦੇ ਫਿਰਦੇ ਹੋ? ਸਾਨੂੰ ਕੋਈ ਬਿਮਾਰੀ ਨਹੀਂ, ਅਸੀਂ ਠੀਕ ਠਾਕ ਫਿਰਦੇ ਹਾਂ। ਅੱਛਾ, ਜਿੱਦਾਂ ਅਸੀਂ ਟੁਰੀਏ ਫਿਰੀਏ ਉਹਨਾਂ ਸਹੀ ਰਹਿੰਦੇ ਹਾਂ। ਅੱਛਾ, ਦੱਸੋ ਹੁਣ ਪਾਕਿਸਤਾਨ 'ਚ ਤੁਹਾਡਾ ਤਾਂ ਫਿਰ ਵਿਆਹ ਪਾਕਿਸਤਾਨ 'ਚ ਹੋਇਆ ਨਾ ਇੱਧਰ ਆ ਕੇ? ਪਾਕਿਸਤਾਨ। ਤੁਹਾਡੀ ਔਲਾਦ, ਤੁਹਾਡੇ ਪੁੱਤਰ ਕਿੰਨੇ? ਮੇਰੇ ਪੁੱਤਰ ਪੰਜ ਪੁੱਤਰ ਅਤੇ ਇੱਕ ਧੀ ਸੀ। ਅੱਛਾ, ਅਤੇ ਤੁਹਾਡੇ ਪੁੱਤਰ ਤਿੰਨ ਕਹਿੰਦੇ ਉਹ ਗੁਜ਼ਰ ਗਏ? ਪੁੱਤਰ ਮੇਰੇ ਫੌਤ ਹੋ ਗਏ। ਅੱਛਾ, ਦੋ ਵੱਡੇ ਤੇ ਇੱਕ ਫਿਰ? ਤਿੰਨੇ ਵਿਆਹੇ ਹੋਏ ਸੀ ਨਾ? ਤਿੰਨੋਂ ਵਿਆਹੇ ਸੀ, ਬਾਲ ਬੱਚਿਆਂ ਵਾਲੇ? ਹਾਂ ਬਿਲਕੁਲ, ਤਿੰਨ ਜਵਾਨ ਵਾਲੇ। ਅੱਛਾ, ਤੁਹਾਡੇ ਘਰੋਂ ਸਾਡੀ ਚਾਚੀ, ਉਹਨੂੰ ਕਿੰਨੀ ਦੇਰ ਹੋ ਗਿਆ ਫੌਤ ਹੋਇਆ? ਉਹਨੂੰ ਵੀ ਮੇਰਾ ਤਕਰੀਬਨ ਹੋ ਗਏ ਪੰਦਰਾਂ ਸਾਲ ਹੋ ਗਏ ਹੋਣੇ। ਲਓ ਜੀ ਵੀਰੋ, ਬਾਬੇ ਹੋਰੀ ਸਾਡੇ ਕੋਲ ਬੈਠੇ ਜੀ, ਸਾਡਾ ਦਿਲ ਕੀਤਾ ਇੱਕ ਅਸੀਂ ਹੋਰ ਵੀਡੀਓ ਛੋਟੀ ਜਿਹੀ ਬਣਾਈਏ, ਗੱਲਾਂ ਬਾਤਾਂ ਰੂਬਰੂ ਤੁਹਾਡੇ ਕੀਤੀਆਂ ਜੀ, ਅਤੇ ਬਾਕੀ ਜਿਉਂਦਾ ਰਹੇ ਜਿਉਂਦਾ ਰਹੇ। ਅਤੇ ਬਾਬੇ ਹੋਰਾਂ ਨੇ ਜਨਾਬ ਆਪਣਾ ਈਦ ਵਾਲ ਪਿੰਡ ਵੇਖਣ ਆਉਣਾ, ਹਾਲੇ ਬਿਲਕੁਲ ਠੀਕ ਠਾਕ ਹੈ, ਬੜਾ ਚਾਅ ਇਹਨਾਂ ਨੂੰ ਆਪਣਾ ਪਿੰਡ ਵੇਖਣ ਦਾ। ਹਾਂ ਮਾਜੀ, ਚੱਲੀਏ ਫਿਰ ਈਦ ਵਾਲ ਪਿੰਡ? ਆਪਾਂ ਦੋਵੇਂ ਚੱਲਾਂਗੇ। ਮਨੂ ਨਾਲ ਲੈ ਕੇ ਜਾਣਾ? ਹਾਲਾ ਦੋਵੇਂ ਚੱਲੀਏ? ਕੱਲਾ ਹੀ ਦੋਵੇਂ ਚੱਲਾਂਗੇ। ਠੀਕ ਹੋ ਗਿਆ ਜੀ। ਲਓ ਜੀ, ਈਲ ਵਾਲਿਓ, ਵੀਰੋ ਅਤੇ ਭਾਈਓ, ਬਾਬਾ ਕਾਦਰ ਅਤੇ ਮੈਂ ਇਨਸ਼ਾਅੱਲਾ ਅਗਰ ਰੱਬ ਨੇ ਚਾਹਿਆ ਤਾਂ ਅਸੀਂ ਜ਼ਰੂਰ ਆ, ਤੁਹਾਡੇ ਹਾਲਾਤ ਠੀਕ ਹੁੰਦੇਗੇ, ਅਸੀਂ ਈਲ ਵਾਲ ਪਿੰਡ ਭਾਈਆਂ ਨੂੰ ਦੋਸਤਾਂ ਨੂੰ ਮਿਲ ਲਵਾਂਗੇ। ਬਾਬੇ ਉਹਨਾਂ ਦਾ ਬੜਾ ਮਨ ਜੀ ਕਰਦਾ ਕਿ ਮੈਂ ਆਪਣੇ ਪਿੰਡ ਦੀ ਔਲਾਦ ਨੂੰ ਵੇਖਾਂ, ਆਪਣੇ ਪਿੰਡ ਦੇ ਪੁੱਤਰਾਂ ਨੂੰ ਵੇਖਾਂ, ਆਪਣੇ ਪਿੰਡ ਦੀਆਂ ਭੈਣਾਂ ਧੀਆਂ ਨੂੰ ਵੇਖਾਂ ਜਾ ਕੇ, ਅਤੇ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਾਂ ਮੈਂ ਈਲ ਵਾਲ ਪਿੰਡ ਵਾਲੀਆਂ, ਹੈ ਨਹੀਂ? ਅਤੇ ਠੀਕ ਹੋਗਾ ਵੀਰ ਜੀ? ਓਕੇ ਜੀ, ਅੱਲਾ ਹਾਫਜ਼ ਵੀਰੋ। ਠੀਕ ਹੈ ਬਾਬਾ ਜੀ? ਠੀਕ ਹੈ ਜੀ, ਸਲਾਮ ਕਰੋ ਸਾਰਿਆਂ ਨੂੰ ਇੱਕ ਵਾਰੀ। ਠੀਕ ਹੈ, ਠੀਕ ਹੈ ਜੀ।
दोस्तों कुछ दिन पहला मैं अपनी फेसबुक आई डी एक वीडियो जो वायरल हुई हुई सी वह पाई सी कादर बख्श जी की जो पिंड ईलवाल दे अपने आप नूं बजुर्ग दसते सी और अज मैं दसना चाहुंना कि मैं पिंड ईलवाल का साबका सरपंच अवतार सिंह और मेरे नाल मेरा भाणजा और मेरा छोटे वीर की तरह मेरा भरा मक्खण जिन्हों हुण असीं पहला स्कूल टाइम तो मक्खण लाल गए तो एक्चुअली मक्खण खाए तो इन्हां दे सहयोग नाल मैं अज कादर बख्श जी दे घर दी गली तुहानूं दिखा रहा आ नाल साढ़े हथाई है जी हुण रेनोवेशन होके हटी है आ पुराना पिप्पल है आ साडा इधर कच्ची थाई नूं रस्ता जांदा है पक्की थाई नूं ते आ कादर बख्श जी दे हुण असीं गली दे विच जा रहे हां जिहड़ा इन्हां ने यह गल कही सी मैं गुरदेव ते बलदेव दा गुआंढी वो मेरे गुआंढी सन दोस्तों आ वाला जिहड़ा तुहानूं इस टाइम ते आह दरवाजा दिख रहा है पुराना यह कादर बख्श जी होरां दा मकान सी लो जी कादर बख्श जी जिथे तुसी अपने बचपन ते तुहाडे बजुर्गां ने हुण तक उदों तक पार्टीशन तो पहला अपना जीवन बसर कीता सी आ लो अपने उस मकान दे दर्शन करो और तुसी मैं समझ सकदा कि तुहानूं अज इत्थे इस दरवाजे नूं देख के किन्नी खुशी महसूस हुंदी होगी और इसे गली दे विच अगे जा के आ सामने बलदेव ते गुरदेव दे मकान ने जी दोबारा फिर मैं कादर बख्श जी आ तुहाडा जो जिथे तुसीं रहिंदे सी तुहाडा अपना घर और इहदे सामने नंबरदारां दा घर ओ सामना नंबरदारां दा घर जिहड़ा थाई दे नाल बिलकुल घर सीगा जिहदा तुसीं आम करके जिक्र भी कीता जी ते दोबारा फिर मैं तुहानूं तुहाडे घर दी मूवी दिखा रहा ये आ वाला दरवाजा हथाई वाले पासे खड़ा मैं ओ सामने गली दे विच गुरदेव ते बलदेव दा घर है आ दरवाजा तुहाडा है जिहड़ा अज तक उसे तरह साबित सूरत दिख रहा है लो जी कादर बख्श जी जो तुसी टोबे की गल करते सीगे भी बरोटे तो पर टोबा है ये आ हुण तुहानूं टोबे दे दर्शन करा रहा सी ईलवाल दे इधरले पासे तुहाडा गुरदेव ते बलदेव दे घर आ गए ये उही गली आ गई सामने घूम के इधरले पासे जसवंत फोरमैन उरी हुंदे सी आ उन्हां दे घर आ गए ये आ सामने ईलवाल दा टोबा आ गया आ देखो आ पिंड दे चढ़दे वल सामने गली लंघ गई ये आ हुण असी गुरद्वारा साहब दे मूर दी होके दोनों टोब्या के विचाल दी असी इहनूं बन्न कहने आ सामने गुरद्वारा साहब है ते इह तों इहदू बाद असी जाके ये रस्ता मस्जिद नूं जाऊगा गुरद्वारा साहब दे मूर दी आ ईलवाल दे टोबे ने जिथे तुसी आपदे बचपन दे विच डंगर भी चारे होणगे मैसां भी निभाईआं होणगीआं और मैनूं पूरा यकीन है तुसी मैसां दीआं पूंछां फड़ के उहनां ते नहाते भी होवोगे जिहड़े हिसाब नाल तुसी अपने बचपन नूं सांझा कीता ये टोबे दो ने यह वड्डा टोबा है आ चढ़दे किन्नी एक टोबा होर है जिहड़ा हुण मच्छी पालन वालिआं नूं दित्ता होया ये देखो जी ये नगर ईलवाल दा तुहाडा अपना नगर लो जी कादर बख्श जी आ परां तों सड़क आ रही है जिहड़ी शायद थोड़े टाइमां दे विच कच्ची फिरनी हुंदी होऊगी ਇਹ ਆ ਗੁਰੂ ਘਰ ਨੂੰ ਰਸਤਾ ਆ ਗਿਆ ਜੀ ਆ ਸਾਹਮਣੇ ਗੁਰਦੁਆਰਾ ਸਾਹਿਬ ਹੈ ਆ ਆਪਣੇ ਮਸੀਤ ਨੂੰ ਰਸਤਾ ਜਾ ਰਿਹਾ ਹੈ ਸਾਹਮਣੇ ਆ ਚੜ੍ਹਦੇ ਵੱਲ ਜਿਹੜਾ ਤੁਸੀਂ ਗੱਲ ਕਰਦੇ ਹੁੰਦੇ ਹੋ ਵੀ ਪਰਾਂ ਜਾ ਕੇ ਨਹਿਰ ਦੀ ਫਿਰ ਗਾਹਾਂ ਗੱਗੜਪੁਰ ਇਹ ਬਲਵਾੜ ਨੂੰ ਸੜਕ ਬਾਕੀ ਛੋਟੀ ਬਲਵਾੜ ਨੂੰ ਅਤੇ ਵੱਡੀ ਨੂੰ ਹੁਣ ਆਪਾਂ ਮਸਜਿਦ ਵੱਲ ਚੱਲਿਆਂਗੇ ਉਸੇ ਗਲੀ ਦੇ ਵਿੱਚ ਅੱਗੇ ਜਾ ਕੇ ਮਸਜਿਦ ਦੇ ਵਿੱਚ ਜਾ ਕੇ ਮੈਂ ਤੁਹਾਨੂੰ ਉੱਥੇ ਦੇ ਦਰਸ਼ਨ ਕਰਾਉਣਾ ਅਤੇ ਆ ਖੱਬੇ ਹੱਥ ਘਰ ਨੇ
ਤੁਸੀਂ ਚਾਹੁੰਦੇ ਹੋ ਕਿ ਸਾਡੀ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚੇ ਤਾਂ ਫਿਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਘੰਟੀ ਦਾ ਬਟਨ ਦਬਾ ਦਿਓ। ਇਸ ਤਰ੍ਹਾਂ ਅਸੀਂ ਜਦੋਂ ਵੀ ਕੋਈ ਨਵੀਂ ਵੀਡੀਓ ਯੂਟਿਊਬ ਉੱਤੇ ਅਪਲੋਡ ਕਰਾਂਗੇ ਤਾਂ ਯੂਟਿਊਬ ਵੱਲੋਂ ਉਸੀ ਵਕਤ ਤੁਹਾਨੂੰ ਸਾਡਾ ਸੁਨੇਹਾ ਮਿਲ ਜਾਏਗਾ।